ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੂ ਅਨੰਤ ਜਮ ਦੇ ਅੱਜ ਦੇ ਪੜਾਅ ਅੰਦਰ ਪਰਿਵਾਰ ਦੀ ਕਲ ਹੈ ਕਿਸੀਂ ਕਿਵੇਂ ਪਰਿਵਾਰ ਅੰਦਰ ਆਨੰਦ ਹਾਸਲ ਕਰ ਸਕਦੇ ਹਾਂ ਕਿਵੇਂ ਆਪਣੇ ਪਰਿਵਾਰ ਨੂੰ ਅੰਦਰਲੇ ਪਰਿਵਾਰ ਨੂੰ ਸਹੀ ਕਰ ਸਕਦੇ ਹਾਂ ਆਨੰਦ ਸਬਦ ਦੀ 11ਵੀਂ ਪੌੜੀ ਅੰਦਰ ਇਹ ਵਿਚਾਰ ਹੈ ਵਿਚਾਰ ਹੈ ਕੁਟੰਬ ਦੀ ਵਿਚਾਰ ਹੈ ਸੱਚ ਦੀ ਵਿਚਾਰ ਹੈ ਕਰਮ ਦੀ ਚੋਣ ਦੀ ਵਿਚਾਰ ਹੈ ਸਤਗੁਰ ਦੇ ਉਪਦੇਸ਼ ਦੀ ਤਾਂ ਆਓ ਇਸ ਵਿਚਾਰ ਨੂੰ ਬਾਕੀਆਂ ਪੌੜੀਆਂ ਦੇ ਵਾਂਗ ਗੁਰੂ ਸ਼ਬਦ ਦੀ ਕਿਰਪਾ ਨਾਲ ਸਮਝਣ ਦੀ ਨਿਮਾਨੀ ਕੋਸ਼ਿਸ਼ ਕਰਦੇ ਹਾਂ ਸੋ 11ਵੀਂ ਪੌੜੀ ਦੀ ਪਹਿਲੇ ਤੋਂ ਕੰਦਰ ਗੁਰੂ ਸਾਹਿਬ ਕੀ ਸਿੱਖਿਆ ਦੇ ਰਹੇ ਹਨ ਆਓ ਜਾਣੀਏ اے ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਗੁਰੂ ਪੇਰ ਪਿਛਲੀ ਪੌੜੀ ਅੰਦਰ ਗੁਰੂ ਸਾਹਿਬ ਚੰਚਲ ਮਨ ਚਤੁਰ ਮਨ ਨੂੰ ਸਮਝਾਉਣਾ ਕਰਦੇ ਹਨ ਅਤੇ ਇਸ ਪੌੜੀ ਅੰਦਰ ਗੁਰੂ ਸਾਹਿਬ ਮਨ ਨੂੰ ਪਿਆਰਾ ਕਹਿ ਕੇ ਸੰਬੋਧਨ ਕਰ ਰਹੇ ਹਨ ਬੜੇ ਹੀ ਪਿਆਰ ਨਾਲ ਚਾਨਲ ਫਰਮਾਉਂਦੇ ਹਨ ਕਿ हे ਮਨ ਪਿਆਰਿਆ ਐ ਸੋਹਣੇ ਮਨਾ हे ਦੁਲਾਰੇ ਮਨਾ ਤੂੰ ਸੱਚ ਨੂੰ ਸੰਭਾਲ ਤੂੰ ਸਦਾ ਸੱਚ ਸਮਾਲ ਗੁਰਪੀਰ ਮਹਾਨਕੋਸ਼ ਅਨੁਸਾਰ ਸੱਚ ਦੇ ਬਹੁਤ ਸਾਰੇ ਅਰਥ ਹਨ ਜਿਵੇਂ ਸੱਚ ਨੂੰ ਸੱਚ ਸੱਚਾ ਆਨੰਦ ਸੱਚਾ ਅਕਾਲਪੁਰਖ ਸਚਾਈ ਕਬੂਲ ਆਦਿ ਐਵੇਂ ਦੇ ਕਈ ਹੋਰ ਅਰਥ ਹਨ ਅਤੇ ਇਸ ਤੋਂ ਇਲਾਵਾ ਸਮਾਲਲੇ ਇਸ ਦੇ ਵੀ ਦੋ ਤਰ੍ਹਾਂ ਦੇ ਅਰਥ ਹਨ ਸਮਾਲਲੇ ਨੂੰ ਸੰਭਾਲਣਾ ਵੀ ਕਹਿੰਦੇ ਹਨ ਤੇ ਯਾਦ ਕਰਨਾ ਵੀ ਸੋ ਇਸ ਤੋਕ ਦੇ ਅਰਥ ਹਨ ਕਿ हे ਪਿਆਰੇ ਮਨ ਤੂੰ ਸਦਾ ਸੱਚ ਨੂੰ ਯਾਦ ਕਰ ਸੱਚੇ ਅਕਾਲ ਪੁਰਖ ਨੂੰ ਪਾਵ ਸੱਚੇ ਦੇ ਗੁਣਾਂ ਨੂੰ ਯਾਦ ਕਰ ਉਸ ਨੂੰ ਸੰਭਾਲ ਜਿਵੇਂ ਅਸੀਂ ਕੀਮਤੀ ਰਿਸ਼ਤਿਆਂ ਨੂੰ ਜਾਂ ਕੀਮਤੀ ਚੀਜ਼ਾਂ ਨੂੰ ਜਾਂ ਕੀਮਤੀ ਵਸਤਾਂ ਨੂੰ ਸੰਭਾਲਦੇ ਹਾਂ ਇੰਜ ਹੀ हे ਮਨਾ ਸੱਚ ਨੂੰ ਸੰਭਾਲ ਇਹ ਬੜਾ ਹੀ ਕੀਮਤੀ ਹੈ ਸੱਚ ਦੇ ਜੋ ਗੁਣ ਹਨ ਉਹਨਾਂ ਨੂੰ ਸੰਭਾਲ ਇਹ ਗੁਣ ਹੀ ਤੇਰੇ ਅਸਲ ਮਿੱਤਰ ਹਨ ਇਹ ਹੀ ਅਸਲ ਮਾਪਿਓਂ ਪਰਾ ਪੈਨ ਆਦੀ ਹਨ ਪਾਉ ਇੱਕ ਗੁਣ ਹੀ ਤੇਰਾ ਅਸਲ ਪਰਿਵਾਰ ਹੈ ਜੇ ਰੱਬੀ ਗੁਣਾ ਦਾ ਪਰਿਵਾਰ ਐਮਣਾ ਤੇਰੇ ਕੋਲ ਹੋਵੇ ਤਾਂ ਤੂੰ ਕਦੇ ਵੀ ਕੱਲਾ ਨਾ ਹੋਵੇਂ ਮਨ ਕੱਲਾ ਮਹਿਸੂਸ ਹੀ ਹੁੰਦੂ ਕਰਦਾ ਜਦ ਮਨ ਆਪਣੇ ਪਰਿਵਾਰ ਨੂੰ ਪੁਲਾ ਦਿੰਦਾ ਹੈ ਸੋ ਜਦ ਮਨ ਸੱਚ ਨੂੰ ਨਾ ਸੰਭਾਲੇ ਤਾਂ ਮਨ ਕੂੜ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ ਝੂਠ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ ਮਨ ਫਿਰ ਸੁਚੱਜੀ ਮਤ ਤਿਆਗ ਕੇ ਕੁਚੱਜੀ ਮਤ ਨੂੰ ਮਾਂ ਬਣਾ ਲੈਂਦਾ ਹੈ ਉਹ ਮਨ ਫਿਰ ਸੰਤੋਖ ਰੂਪ ਪਿਤਾ ਨੂੰ ਤਿਆਗ ਕੇ ਅਸੰਤੋਖ ਨੂੰ ਪਿਤਾ ਬਣਾ ਲੈਂਦਾ ਅਤੇ ਐਸਾ ਪਰਿਵਾਰ ਆਉਗਣਾ ਦਾ ਪਰਿਵਾਰ ਮਨ ਨੂੰ ਤ੍ਰਿਸ਼ਨਾ ਵਿੱਚ ਕਾਮਨਾ ਵਿੱਚ ਇੱਛਾ ਵਿੱਚ ਹੋਰ-ਖੋਰ ਆਸਾਂ 'ਚ ਪਟਕਾਏ ਰੱਖਦਾ ਹੈ ਇਸ ਲਈ ਗੁਰੂ ਸਾਹਿਬ ਮਨ ਨੂੰ ਸਮਝਾਣਾ ਕਰਦੇ ਹਨ ਕਿ हे ਪਿਆਰੇ ਮਨਾ ਕਿਤੇ ਪਟਕ ਨਾ ਜਾਇ ਯਾਦ ਰੱਖ ਤੂੰ ਸਦਾ ਸੱਚ ਨੂੰ ਸੰਭਾਲ ਤੂੰ ਸਦਾ ਸੱਚੇ ਅਕਾਲ ਪੁਰਖ ਨੂੰ ਯਾਦ ਕਰ ਜੇ ਯਾਦ ਨਾ ਕਰੀਏ ਤਾਂ ਕੀ ਹੁੰਦਾ ਗੁਰੂ ਸਬਿਸ ਪਰ ਅਕਲੇ ਤੋਂ ਕੰਦਰ ਫਰਮਾਉਂਦੇ ਹਨ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਕੁਟੰਬ ਦਾ ਪਾਵ ਹੈ ਪਰਿਵਾਰ ਜਟਬਰ ਚਖੰਦਨ ਪਾਵ ਇਹ ਜਿਹੜਾ ਪਰਿਵਾਰ ਤੂੰ ਦੇਖਦਾ ਐ ਮਨਾਂ ਜੋ ਪਰਿਵਾਰ ਤੂੰ ਬਣਾਇਆ ਇਸਨੇ ਤੇਰੇ ਨਾਲ ਨਹੀਂ ਨਿਭਣਾ ਗੁਰੂ ਪੀਰ ਜੀ ਪਰਿਵਾਰ ਦੀ ਗੱਲ ਕਰੀ ਕਿ ਪਰਿਵਾਰ ਕੀ ਹੈ ਜਾਂ ਹੋਰ ਸੋਖੇ ਤਰੀਕੇ ਨਾਲ ਸਮਝੀਏ ਕਿ ਅਸਲ ਚ ਪਤੀ ਪਤਨੀ ਕੌਣ ਹਨ ਗੁਰੂ ਸਾਹਿਬ ਨੇ ਬਾਣੀ ਅੰਦਰ ਵੀ ਬੜਾ ਪਿਆਰਾ ਫਰਮਾਇਆ ਕਿ ਜੋ ਇੱਕ ਘਰ ਚ ਰਹਿਣ ਇਕੱਠੇ ਰਹਿਣ ਉਹਨਾਂ ਨੂੰ ਹੀ ਸਿਰਫ ਪਤੀ ਪਤਨੀ ਨਹੀਂ ਕਿਹਾ ਜਾਂਦਾ ਬਲਕਿ ਅਸਲ ਵਿੱਚ ਜਿਨ੍ਹਾਂ ਦੀ ਸੋਚ ਇੱਕ ਹੋਵੇ ਜਿਨ੍ਹਾਂ ਦੇ ਵਿਚਾਰ ਇੱਕ ਹੋਣ ਜਿਨ੍ਹਾਂ ਅੰਦਰ ਸੱਚ ਹੋਵੇ ਵਿਸ਼ਵਾਸ ਹੋਵੇ ਪਿਆਰ ਹੋਵੇ ਉਹ ਹਨ ਅਸਲ ਚ ਪਤੀ ਪਤਨੀ ਇਕੱਠੇ ਬੈਠਣੋਂ પતિ ਪਤਨੀ ਨਹੀਂ ਕਿਹਾ ਜਾ ਸਕਦਾ ਇੰਜ ਹੀ ਪਰਿਵਾਰ ਹੈ ਪਰਿਵਾਰ ਇਹ ਸਿਰਫ ਜੀਆਂ ਦਾ ਸਮੂਹ ਨਹੀਂ ਗੁਰੂ ਪਿਆਰੂ ਜੀ ਪਰਿਵਾਰ ਅੰਦਰ ਪਿਆਰ ਨੇ ਵਿਸ਼ਵਾਸ ਨੇ ਸੰਤੋਖ ਨੇ ਭਾਈਚਾਰਾ ਨੇ ਤਾਂ ਪਰਿਵਾਰ ਨਹੀਂ ਕਿਹਾ ਜਾ ਸਕਦਾ ਜਿਸ ਪਰਿਵਾਰ ਚ ਝੂਠ ਹੋਏ ਨਿੰਦਾ ਹੋਏ ਬੇਈਮਾਨੀ ਹੋਏ ਸਾੜਾ ਹੋਏ ਲਾ ਕੇ ਗੱਲਾਂ ਕਰਦੇ ਹੋਵਨ ਗੱਲ ਗੱਲ ਤੇ ਲੜਦੇ ਹੋਵਨ ਉਹ ਪਰਿਵਾਰ ਪਰਿਵਾਰ ਨਹੀਂ ਹੈ ਬਲਕਿ ਨਰਕ ਦਾ ਦਵਾਰ ਹੈ ਸੋ ਗੁਰੂ ਪਿਆਰੋ ਪਰਿਵਾਰ ਕੀ ਹੈ ਅਸਲ ਪਰਿਵਾਰ ਉਹ ਹੈ ਜਿੱਥੇ ਗੁਣ ਮਿਲਣ ਜਿੱਥੇ ਰੱਬੀ ਗੁਣ ਹੋਵਣ ਜਿੱਥੇ ਪਿਆਰ ਹੋਵੇ ਸੇਵਾ ਹੋਵੇ ਪਲਾਈ ਹੋਵੇ ਆਦੀ ਜਦ ਚੰਗੇ ਚੰਗੇ ਗੁਣ ਹੋਵਣ ਜਦ ਇੱਕ ਦੂਜੇ ਲਈ ਪਿਆਰ ਸਤਕਾਰ ਪਾਈਚਾਰਾ ਆਦੀ ਹੋਵੇ ਜੋ ਹਰ ਸੁੱਖ ਦੁੱਖ ਚ ਔਕੇ ਸੋਕੇ ਵੇਲੇ ਇੱਕ ਦੂਜੇ ਦੇ ਕੰਮ ਆਵਣ ਜਿੱਥੇ ਸੱਚ ਦੀ ਗੱਲ ਚੱਲਿਓ ਹੈ ਪਰਿਵਾਰ ਸੋ ਜਿਵੇਂ ਤਨ ਦਾ ਪਰਿਵਾਰ ਹੈ ਇੰਜ ਸਾਡੇ ਅੰਦਰ ਵੀ ਪਰਿਵਾਰ ਹੈ ਕੱਲਾ ਕੱਲਾ ਚੰਗਾ ਗੁਣ ਹੋਵੇ ਜਮਨ ਦਾ ਔਗਣ ਇਹ ਆਪਣਾ ਪਰਿਵਾਰ ਮਨ ਅੰਦਰ ਬਣਾ ਲੈਂਦੇ ਹਨ ਸੋ ਇਹ ਹੁਣ ਸਾਡੇ ਤੇ ਹੈ ਕਿ ਅਸੀਂ ਕਿਹੋ ਜਿਹਾ ਪਰਿਵਾਰ ਅੰਦਰ ਬਣਾਉਣਾ ਹੈ ਗੁਨਾ ਵਾਲਾ ਜਾਂ ਔਗਣਾ ਵਾਲਾ ਅੰਦਰ ਅਸੀਂ ਸੁਖ ਸ਼ਾਂਤੀ ਰੱਖਣੀ ਹੈ ਜਾਂ ਅਸ਼ਾਂਤੀ ਇਹ ਸਾਡੇ ਤੇ ਹੈ ਜੇ ਔਗਣਾ ਨੂੰ ਆਪਣਾ ਪਰਿਵਾਰ ਬਣਾ ਲਿਆ ਤਾਂ ਸਾਡਾ ਕਿਸੇ ਦੇ ਕੰਮ ਆਣਾ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਆਪਣੇ ਕੰਮ ਵੀ ਕਦੇ ਨਾ ਪਾਵਾਂਗੇ ਆਪਣੇ ਆਪ ਤੋਂ ਦੂਰ ਹੋ ਜਾਵਾਂਗੇ ਨਾ ਸਰੀਰ ਬਾਰੇ ਖਬਰ ਰਹੇਗੀ ਨਾ ਦਿਮਾਗ ਬਾਰੇ ਨਾ ਮੰਨ ਬਾਰੇ ਖਬਰ ਹੈਗੀ ਨਾ ਰੱਬ ਬਾਰੇ ਸੋ ਐਹੋ ਜਾਂ ਜਿਸੀ ਕੁਟੰਬ ਬਣਾ ਲਿਆ ਤਾਂ ਇਹ ਕੁਟੰਬ ਔਖੇ ਵੇਲੇ ਕਦੇ ਕੰਮ ਆਏਗਾ ਗੁਰੂ ਸਾਹਿਬ ਫਰਮਾਂਦੇ ਹਨ ਕਿ ਇੱਕ ਕੁਟੰਬ ਜੋ ਤੂੰ ਦੇਖਦਾ ਐਨੇ ਤੇਰੇ ਨਾਂ ਨਹੀਂ ਚੱਲਣਾ ਇਹ ਔਗਣ ਤੇਰੇ ਨਾਂ ਨਹੀਂ ਚੱਲਨੇ ਇਹਨਾ ਤਾਂ ਰਸਤੇ ਦੀ ਦਮ ਤੋੜ ਜਾਣੇ ਇੱਕ ਨਿੱਕੀ ਜੀ ਉਦਾਹਰਣ ਲੈਂਦੇ ਹਾਂ ਜਿਵੇਂ ਜਦ ਸਾਡਾ ਕੋਈ ਐਕਸੀਡੈਂਟ ਹੁੰਦਾ ਤਾਂ ਉਸ ਵੇਲੇ ਭਾਵੇਂ ਅਸੀਂ ਕਿੰਨੇ ਵੀ ਲਾਲਚੀ ਹਾਂ ਕਾਮੀ ਹਾਂ ਕਰੋਧੀਆਂ ਕਿ ਸਾਡਾ ਉੱਥੇ ਲਾਲਚ ਕੰਮ ਆਂਦਾ ਕਿਸਾ ਡਾ ਉਤੇ ਗੁੱਸਾ ਕਮ ਆਂਦਾ ਨਿੰਦਾ ਕਮ ਆਂਦੀ ਏ ਜੇ ਕੋਈ ਵੀ ਔਗਣ ਕਮ ਆਂਦਾ ਨਹੀਂ ਇਹ ਜਿੰਨੇ ਵੀ ਔਗਣ ਨੇ ਪਾਪ ਬੁਰਾਈ ਇਹ ਪੈੜ ਇਹ ਉਸ ਵਲੇ ਨਾ ਨਹੀਂ ਕਰਦੇ ਬਲਕੇ ਭੱਜ ਖਲਾਉਂਦੇ ਨੇ ਦਿਮਾਗ ਚ ਇੱਕਦਮ ਹਨੇਰਾ ਹੀ ਆ ਜਾਂਦਾ ਹੈ ਖਾਲੀਪਨ ਲੱਗਦਾ ਜਿਵੇਂ ਇੱਥੇ ਕੋਈ ਵੱਸਦਾ ਹੀ ਨਾ ਹੋਵੇ ਸੋ ਐਸੇ ਪਰਿਵਾਰ ਦਾ ਕੀ ਕਰਨਾ ਜੋ ਨਾਲ ਨਾ ਖੜੇ ਪਰ ਜੇ ਕਿਸੇ ਨੇ ਗੁਣ ਕਮਾਏ ਹੋਵਣ ਗੁਨਾ ਨੂੰ ਪਰਿਵਾਰ ਬਣਾਇਆ ਹੋਵੇ ਤਾਂ ਉਥੇ ਗੁਣ ਕਮ ਆਉਂਦੇ ਹਨ ਗੁਣ ਕਦੇ ਸਾਥ ਨਹੀਂ ਛੱਡਦੇ ਜੇ ਨਿਡਰਤਾ ਕਮਾਈਏ ਤਾਂ ਕਮ ਆਏਗੀ ਜੇ ਸਬਰ ਕਮਾਇਆ ਤਾਂ ਕਮ ਆਏਗਾ ਜੇ ਮਨ ਦਾ ਟਿਕਾ ਕਮਾਇਆ ਤਾਂ ਕਮ ਆਏਗਾ ਭਾਵ ਗੁਣ ਹਰ ਵੇਲੇ ਔਖੇ ਸੌਖੇ ਵੇਲੇ ਕਮ ਆਉਂਦੇ ਹਨ ਅੰਤ ਤੱਕ ਸਾਥ ਨਿਭਾਉਂਦੇ ਹਨ ਪਰ ਔਗਨ ਨੇ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇੱਕ कुटुंब ਜੋ ਤੂੰ ਦੇਖਦਾ ਹੈ ਇਹ ਤੇਰੇ ਨਾਲ ਨਹੀਂ ਨਿਭਣਾ ਇਹਨਾ ਤੇਰਾ ਸਾਥ ਨਹੀਂ ਦੇਣਾ ਸੋ ਗੁਰੂ ਪਿਆਰੋ ਸਰੀਰਕ ਪਰਿਵਾਰ ਦੀ ਗੱਲ ਕਰੀਏ ਤਾਂ ਜਦ ਸਾਡਾ ਅੰਤ ਸਮਾਨਦਾ ਤਾਂ ਉਦੋਂ ਵੀ ਕੋਈ ਪਰਿਵਾਰਕ ਮੈਂਬਰ ਸਾਡੇ ਕੰਮ ਨਹੀਂ ਆ ਸਕਦਾ ਇਸ ਜਿੰਦ ਨੂੰ ਇਸ ਜਹਾਨੋਂ ਇਕੱਲੇ ਜਾਣਾ ਪੈਂਦਾ ਹਾਂ ਜੇ ਸਾਡੇ ਕੋਲ ਗੁਣ ਹੋਣ ਰੱਬੀ ਗੁਣਾ ਦਾ ਪਰਿਵਾਰ ਹੋਵੇ ਜੇ ਮਨ ਰੱਬ ਨਾਲ ਜੁੜਿਆ ਹੋਵੇ ਤਾਂ ਸਾਡਾ ਜੀਣਾ ਤਾਂ ਸੌਖਾ ਹੋ ਹੀ ਜਾਂਦਾ ਹੈ ਮਰਨਾ ਵੀ ਸਹਿਲਾ ਹੋ ਜਾਂਦਾ ਹੈ ਸੌਖਾ ਹੋ ਜਾਂਦਾ ਹੈ ਪਰ ਜੇ ਔਗਣਾ ਨੂੰ ਆਪਣਾ ਬਣਾਇਆ ਹੋਵੇ ਫਿਰ ਨਾ ਜਿਉਂਦੇ ਦੀ ਚੈਨਲ ਜੀ ਸਕਾਂਗੇ ਅਤੇ ਨਾ ਹੀ ਚੈਣ ਨਾਲ ਮਰਸਕਾਂਗੇ ਫਿਰ ਤਾਂ ਹਰ ਵੇਲੇ ਹੀ ਦੁਹਾਈ ਹੈ ਹਰ ਵੇਲੇ ਹੀ ਚਿੰਤਾ ਹੈ ਦੁੱਖ ਹੈ ਇਸ ਲਈ ਗੁਰੂ ਸਾਹਿਬ ਅਗਲੀ ਤੋਂ ਕੰਦਰ ਫਰਮਾਉਂਦੇ ਹਨ ਕਿ ਸਾਥ ਤੇਰਾ ਚਲੈ ਨਹੀਂ ਤਿਸ ਨਾਲ ਕਿਉਂ ਚਿਤਲਾਈਐ ਪਾਵ ਜਿਸ ਪਰਵਾਰ ਨੇ ਐ ਮਨਾ ਪਿਆਰਾ ਤੇਰਾ ਸਾਥ ਹੀ ਨਹੀਂ ਦੇਣਾ ਤਿਸ ਨਾਲ ਕਿਉਂ ਚਿਤਲਾਈਏ ਕਿਉਂ ਉਸ ਦੇ ਮੋਹਤ ਫਸਿਏ ਫਿਰ ਤਾਂ ਇਨਾ 모ਹਾ ਤੋਂ ਆਜ਼ਾਦ ਖੋਚਾਣਾ ਚਾਹੀਦਾ ਗੁਰ ਪਿਆਰਿਓ ਜਦ ਗੱਲ ਸਰੀਰਕ ਹੋਵੇ ਤਾਂ ਗੁਰੂ ਸਾਹਿਬ ਸਾਨੂੰ ਹਮੇਸ਼ਾ ਹੀ ਸਿਖਾਉਂਦੇ ਹਨ ਕਿ ਪਰਿਵਾਰ ਨੂੰ ਨਹੀਂ त्याਗਣਾ ਪਰਿਵਾਰ 'ਚ ਰਹਿਣਾ ਹੈ ਜੀਵਾਂ 'ਚ ਰਹਿਣਾ ਹੈ ਸੰਸਾਰ 'ਚ ਰਹਿਣਾ ਕਿਰਤ ਕਰਨੀ ਹੈ ਤੱਕਰ ਰਹਿੰਦੇ ਹੋਏ ਬਾਣੀ ਨਾਲ ਜੁੜ ਕੇ ਮਾਇਆ ਦੇ ਬੰਧਨ ਤੋਂ ਮੁਕਤ ਹੋਣਾ ਹੈ ਪਰਿਵਾਰ ਤੋਂ ਨਹੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਬਲਕਿ ਪਰਿਵਾਰ ਨਾਲ ਜੀਵਾਂ ਨਾਲ ਸਾਰੇ ਜਗਤ ਨਾਲ ਪਿਆਰ ਕਰਨਾ ਹੈ ਸਭ ਅੰਦਰ ਅਕਾਲ ਪੁਰਖ ਨੂੰ ਦੇਖਣਾ ਹੈ ਸੋ ਗੱਲ ਭਾਵੇਂ ਤਨ ਦੀ ਹੈ ਜਾਂ ਮਨ ਦੀ ਜਿਸ ਨੇ ਨਾਲ ਨਹੀਂ ਜਾਣਾ ਉਸ ਨਾਲ ਚਿੱਤ ਨਹੀਂ ਲਾਣਾ ਚਾਹੀਦਾ ਕਿਸ ਨਾਲ ਚਿੱਤ ਨਹੀਂ ਲਾਣਾ ਮੋਹ ਨਾਲ ਵਿਕਾਰਾਂ ਨਾਲ ਭਾਵ ਮੋਹ ਤੋਂ ਮਨ ਨੂੰ ਆਜ਼ਾਦ ਰੱਖਣਾ ਹੈ ਮੋਹ ਨੂੰ ਪਰਿਵਾਰ ਦਾ ਹਿੱਸਾ ਨਹੀਂ ਬਣਾਉਣਾ ਪਿਆਰ ਨੂੰ ਬਣਾਉਣਾ ਝੂਠ ਨੂੰ ਮਨ ਦਾ ਹਿੱਸਾ ਨਹੀਂ ਬਣਾਉਣਾ ਸੱਚ ਨੂੰ ਬਣਾਉਣਾ ਲੋਭ ਕਾਮ ਨਿੰਦਾ ਸਾੜਾ ਕ੍ਰੋਧ ਆਦਿ ਨੂੰ ਮਨ ਦਾ ਹਿੱਸਾ ਨਹੀਂ ਬਣਾਉਣਾ ਬਲਕਿ ਰੱਬੀ ਗੁਣਾ ਨੂੰ ਹਿੱਸਾ ਬਣਾਉਣਾ ਸੱਚ ਨੂੰ ਹਿੱਸਾ ਬਣਾਣਾ ਗੁਨਾ ਨੂੰ ਕਮਾਣਾ ਸੋ ਗੁਰੂ ਪੈਰੋ ਰੱਬੀ ਗੁਨਾ ਦਾ ਪਰਿਵਾਰ ਬਣਾਈਏ ਔਗਣਾ ਤਨੇ ਗੁਰੂ ਸਾਹਿਬ ਹੀ ਇਹੀ ਫਰਮਾਰੇ ਹਨ ਕਿ ਐਮਨਾ ਐਸੇ ਪਰਿਵਾਰ ਦੇ ਮੋਹ ਵਿੱਚ ਕਿਉਂ ਫਸਦਾ ਜੋ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਭਾ ਸਕਦਾ ਇਸ ਨੂੰ ਛੱਡ ਕੇ ਐਮਨਾ ਆਪਣੇ ਅਸਲ ਪਰਿਵਾਰ ਨੂੰ ਪਛਾਣ ਨਾਮ ਨੂੰ ਪਛਾਣ ਗੁਨਾ ਨੂੰ ਪਛਾਣ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਮ ਜਾਤ ਨਾਮ ਮੇਰੇ ਪਤ ਹੈ ਨਾਮ ਮੇਰਾ ਪਰਿਵਾਰ ਹੈ ਪਾਵ ਮੇਰੇ ਲਈ ਨਾਮ ਹੀ ਮੇਰੀ ਜਾਤ ਹੈ ਨਾਮ ਹੀ ਮੇਰੇ ਪਤ ਹੈ ਨਾਮ ਹੀ ਮੇਰਾ ਪਰਿਵਾਰ ਹੈ ਸੋ ਜੇ ਅਸੀਂ ਐਸੇ ਪਰਿਵਾਰ ਨੂੰ ਨਾਮ ਰੂਪੇ ਗੁਣ ਰੂਪੇ ਪਰਿਵਾਰ ਨੂੰ ਨਹੀਂ ਪਛਾਣਦੇ ਜੇ ਆਪਣੇ ਅੰਦਰ ਚੰਗੀ ਮਤ ਨਹੀਂ ਪਰਦੇ ਤਾਂ ਇਸ ਤੇ ਮਨ ਨੂੰ ਬੁਰੇ ਨਤੀਜੇ ਭੁਗਤਨੇ ਪੈਂਦੇ ਹਨ ਕਿਉਂਕਿ ਜਦ ਅੰਦਰ ਮਾੜਾ ਬੀਜਾਂਗੇ ਤਾਂ ਨਤੀਜਾ ਵੀ ਮਨ ਨੂੰ ਮਾੜਾ ਹੀ ਭੁਗਤਣਾ ਪਏਗਾ ਜਿਸ ਬਾਰੇ ਗੁਰੂ ਸਾਹਿਬ ਅਗਲੀ ਪੰਕਤੀਂਦਰ ਸੁਚੇਤ ਕਰਦੇ ਹੋਏ ਫਰਮਾਉਂਦੇ ਹਨ ਕਿ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪੱਛੋਂ ਤਾਈ ਹੈ ਮੂਲੇ ਭਾਵ ਬਿਲਕੁਲ ਕੀਚੇ ਭਾਵ ਕਰਨਾ ਚਾਹੀਦਾ ਸੋ ਬੁਰਾ ਕੰਮ ਔਗਣਾ ਨੂੰ ਮੰਦਾ ਹਿੱਸਾ ਬਣਾਉਣ ਦਾ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਐਸਾ ਕੰਮ ਤਾਂ ਭੁੱਲ ਕੇ ਵੀ ਨਾ ਕਰੀਏ ਐਸਾ ਕੰਮ ਤਾਂ ਬਿਲਕੁਲ ਵੀ ਨਾ ਕਰੀਏ ਜਿਸ ਦੇ ਕੀਤਿਆ ਅੰਤ ਪਛਤਾਣਾ ਪਏ ਜਿਸ ਦੇ ਕੀਤਿਆ ਅੰਤ ਨੂੰ ਹੱਥ ਮੰਨ ਲਈ ਪੈਣ ਜਿਸ ਦੇ ਕੀਤਿਆ ਆਤਮਿਕ ਘਾਟਾ ਪੈ ਜਾਏ ਸੋ ਫਿਰ ਕੀ ਕੀਤਾ ਜਾਏ ਇਹ ਸਵਾਲ ਹੈ ਕਿ ਹੁਣ ਕੀ ਕਰੀਏ ਪਾਵ ਮਨ ਨੂੰ ਕਿਵੇਂ ਉਸ ਦੇ ਅਸਲੇ ਨਾਲ ਮਿਲਾਇਆ ਜਾਏ ਕਿਵੇਂ ਸੱਚ ਨਾਲ ਮਿਲਾਇਆ ਜਾਏ ਕਿਵੇਂ ਗੁਨਾ ਰੂਪੀ ਪਰਿਵਾਰ ਨਾਲ ਮਿਲਾਇਆ ਜਾਏ ਇਸ ਲਈ ਕੀ ਕਰਨਾ ਪਵੇਗਾ ਤਾਂ ਗੁਰੂ ਸਾਹਿਬ ਇਸ ਦਾ ਜਵਾਬ ਅਗਲੇ ਦਕੰਦਰ ਦਿੰਦੇ ਹੋਏ ਫਰਮਾਉਂਦੇ ਹਨ ਕਿ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਤਿਗੁਰੂ ਦੇ ਉਪਦੇਸ਼ ਨੂੰ ਸੁਣਨਾ ਪਵੇਗਾ ਸਤਿਗੁਰੂ ਦੇ ਗਿਆਨ ਨੂੰ ਗਣ ਅੰਦਰੋਂ ਗੁਣਾਂ ਨੂੰ ਪਰਿਵਾਰ ਬਣਾਉਣਾ ਪਵੇਗਾ ਇਹ ਉਪਦੇਸ਼ ਗੁਣ ਨਾਮ ਹੀ ਹਮੇਸ਼ਾ ਤੇਰੇ ਨਾਲ ਰਹਿਣਗੇ ਭਾਵੇਂ ਜਿੱਥੇ ਵੀ ਜਾਇਏ ਜੇ ਗੁਣ ਪੱਲੇ ਹੋਵਣ ਜੇ ਇਹਨਾਂ ਨੂੰ ਆਪਣਾ ਬਣਾਇਆ ਹੋਵੇ ਜੇ ਗੁਰੂ ਦੀ ਸਿੱਖਿਆ ਪੱਲੇ ਹੋਵੇ ਜੇ ਸੱਚ ਪੱਲੇ ਹੋਵੇ ਤਾਂ ਇਹ ਸਦਾ ਸਾਥ ਨਿਭਾਉਂਦੇ ਨੇ ਇਹ ਹਮੇਸ਼ਾ ਨਾਲ ਰਹਿੰਦੇ ਨੇ ਹਰ ਪਲ ਸਾਡਾ ਸਹੀ ਮਾਰਗਦਰਸ਼ਕ ਕਰਦੇ ਹਨ ਸੋ ਗੁਰੂ ਸੇ ਫਰਮਾਉਂਦੇ ਹਨ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰੂ ਹੀ ਮੇਰਾ ਹਰ ਵੇਲੇ ਦਾ ਸਹਾਰਾ ਹੈ ਗੁਰੂ ਹੀ ਮੇਰਾ ਪਰਿਵਾਰ ਹੈ ਸੋ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਇਹੀ ਮੰਦਾ ਅਸਲ ਪਰਿਵਾਰ ਹੈ ਸੋ ਜੇ ਗੁਰੂ ਕੋਲੋਂ ਉਪਦੇਸ਼ ਲੈ ਕੇ ਸੋ ਚੱਜੀ ਮਤ ਮਾਂ ਬਣ ਜਾਏ ਸੰਤੋਖ ਪਿਤਾ ਬਣ ਜਾਏ ਇੰਜ ਹੀ ਪਿਆਰ ਤਿਆ ਮਿਠਾਸ ਸੱਚ ਨਿਮਰਤਾ ਪਾਇ ਚਰਤਾ ਨਿਰਪੈਤਾ ਨਿਰਵਰਤਾ ਆਦੀ ਮਨ ਦੇ ਮੈਂਬਰ ਬਣ ਜਾਣ ਤਾਂ ਮਨ ਜਿਉਂਦੇ ਜੀ ਹੀ ਸਵਰਗ ਚ ਹੈ ਮਨ ਜਿਉਂਦੇ ਜੀ ਹੀ ਆਨੰਦ ਚ ਹੈ ਐਸੇ ਪਰਿਵਾਰ ਅੰਦਰ ਤਾਂ ਫਿਰ ਆਨੰਦ ਹੀ ਆਨੰਦ ਹੈ ਸੋ ਗੁਰੂ ਸਾਹਿਬ ਇਸ ਤੋ ਕਰੇ ਫਰਮਾਉਂਦੇ ਹਨ ਕਿ اے ਪਿਆਰੇ ਮਨਾ ਸਤ ਗੁਰੂ ਦੀ ਸਿੱਖਿਆ ਗੋ ਨਾਲ ਸੁਣ ਇਕ ਗੁਰ ਉਪਦੇਸ਼ ਤੇਰੇ ਅੰਗ ਸੰਗ ਹੋਵੇ ਇਸ ਉਪਦੇਸ਼ ਨੂੰ ਆਪਣਾ ਬਣਾ ਇਸ ਨੂੰ ਮੰਨਦਾ ਆਧਾਰ ਬਣਾ ਪਰਿਵਾਰ ਬਣਾ ਇਸ ਬਾਦ ਗੁਰੂ ਸਾਹਿਬ ਇਸ ਪੌੜੀ ਦੇ ਅੰਤ ਚ ਫਰਮਾਉਂਦੇ ਹਨ ਕਿ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲ ਲੈ ਨਾਨਕ ਕਹਿੰਦਾ ਬਾ ਫਰਮਾਉਂਦੇ ਹਨ ਕਿ اے ਪਿਆਰੇ ਮਨਾਂ ਜੇ ਮਨ ਦਾ ਆਨੰਦ ਚਾਹੁੰਦਾ ਹੈ ਤਾਂ ਔਗਣਾ ਦਾ ਮੌਤਿਆਗ ਉਹਨਾਂ ਦਾ ਸੰਗ ਤਿਆਗ ਜੋ ਤੈਨੂੰ ਰਾਹ 'ਚ ਛੱਡ ਜਾਣ ਵਾਲੇ ਹਨ ਤੇ ਐ ਮਨਾ ਤੂੰ ਸਦਾ ਸੱਚ ਨੂੰ ਸੰਭਾਲ ਸਦਾ ਅਕਾਲਪੁਰਖ ਨੂੰ ਯਾਦ ਕਰ ਸੰਭਾਲ ਯਾਦ ਕਿੰਜ ਕਰਨਾ ਹੈ ਗੁਰੂ ਸਾਹਿਬ ਨੇ ਪਿਛਲੀ ਪੰਕਤੀ ਅੰਦਰ فرمایا ਕਿ ਸਤਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ ਉਸ ਨੂੰ ਜੇ ਧਿਆਨ ਨਾਲ ਸੁਣਿਆ ਜਾਏ ਸਮਝ ਲਿਆ ਜਾਏ ਤਾਂ ਸੁਣਿਆ ਹੋਇਆ ਮਨ ਅੰਦਰ ਚਲਾ ਜਾਂਦਾ ਹੈ ਗੁਰੂ ਪਿਆਰੋ ਇੱਕ ਇੱਕ ਗੁਰੂ ਸਾਹਿਬ ਤੋਂ ਸਿੱਖਿਆ ਇੱਕ ਜਿਉਂਦੇ ਜਾਗਦੇ ਮਜਬੂਤ ਸੱਲ ਦੇ ਵਾਂਗ ਹੈ ਜੇ ਸੁਨੋ ਜੇ ਰੋਜ਼ ਬਾਣੀ ਸੁਣਾਈ ਜਾਏ ਤਾਂ ਉਹ ਗੁਣ ਬਣ ਕੇ ਉੱਪਰਦਾ ਜੋ ਤਨ ਮਨ ਨੂੰ ਮਜ਼ਬੂਤ ਰੱਖਦਾ ਹੈ ਆਨੰਦ ਚ ਰੱਖਦਾ ਸਦਾ ਖਿੜੇ ਚ ਰੱਖਦਾ ਸਦਾ ਸੱਚ ਨਾਲ ਜੋੜੀ ਰੱਖਦਾ ਹੈ ਸੋ ਗੁਰੂ ਪਿਆਰੋ ਗੁਰੂ ਸਾਹਿਬ ਦੇ ਸਿੱਖਾਂ ਨੂੰ ਪੜ੍ਹੀਏ ਸੁਣੀਏ ਸਮਝੀਏ ਤੇ ਅਪਣਾਈਏ ਆ ਇੱਕ ਵਾਰ ਫਿਰ ਅੰਤਲੀ ਤੱਕ ਦੇ ਅਰਥ ਜਾਣੇ ਜੇ ਸੰਧਰ ਗੁਰੂ ਸਾਹਿਬ ਫਰਮਾਦੇ ਹਨ ਕਿ हे ਪਿਆਰੇ ਮਨ ਤੂੰ ਹਮੇਸ਼ਾ ਸੱਚੇ ਸਾਹਿਬ ਨੂੰ ਯਾਦ ਕਰ ਸੱਚੇ ਸਾਹਿਬ ਅੰਦਰ ਹੀ ਸੱਚੇ ਕੋ ਹਨ ਇਹਨਾਂ ਨੂੰ ਸੰਭਾਲ ਇਹਨਾਂ ਨੂੰ ਯਾਦ ਕਰ ਇਹਨਾਂ ਨੂੰ ਅੰਦਰ ਵਸਾ ਸੁ ਗੁਰੂ ਪੇਰੋ ਜੀ ਅਨੰਦ ਸਬਦ ਦੀ ਗਰਮੀ ਪੜੀ ਦੇ ਸੰਕੇ ਵਿਚਾਰ ਜੇ ਸੰਦਰ ਜਾਣਾ ਕਿ ਸਾਨੂੰ ਅਕਾਲ ਪੁਰਖ ਨੂੰ ਤੇ ਸੱਚੇ ਦੇ ਸੱਚ ਨੂੰ ਸੰਭਾਲਣਾ ਹੈ ਨਾਮ ਗੁਣਾਂ ਨੂੰ ਸੰਭਾਲਣਾ ਹੈ ਜਦ ਤੱਕ ਨਹੀਂ ਸੰਭਾਲਦੇ ਤਦ ਤੱਕ ਪਟਕਦੇ ਹਾਂ ਤਦ ਤੱਕ ਵਿਗਾਨਿਆਂ ਨੂੰ ਪਾਪ ਵਿਕਾਰਾਂ ਨੂੰ ਆਪਣਾ ਸਮਝੀ ਜਾਂਦੇ ਹਾਂ ਗੁਰੂ ਸਾਹਿਬ ਫਰਮਾਦੇ ਹਨ ਕਿ ਐਸੇ ਪਰਿਵਾਰ ਤਾਂ ਮੋਹ ਤਿਆਗ ਦੇਣਾ ਚਾਹੀਦਾ ਜੋ ਅੰਤ ਸਾਥ ਨਹੀਂ ਨਿਭਦਾ ਐਸਾ ਕੰਮ ਭੁੱਲ ਕੇ ਵੜੀ ਕਰਨਾ ਚਾਹੀਦਾ ਜਿਸ ਨਾਲ ਅੰਤ ਪਹੁੰਚਣਾ ਪਏ ਸੋ ਜਦ ਕੂੜ ਨਾਲੋਂ ਨਾਤਾ ਤੋੜਨਾ ਤੇ ਸੱਚ ਨਾਲ ਜੋੜਨਾ ਤਾਂ ਮਨ ਨੂੰ ਸਤਿਗੁਰੂ ਦੀ ਸ਼ਰਨ ਆਣਾ ਪਵੇਗਾ ਸਤਿਗੁਰੂ ਦੀ ਸਿੱਖਿਆ ਨੂੰ ਮਨ 'ਚ ਵਸਾਉਣਾ ਪਵੇਗਾ ਸਤਿਗੁਰੂ ਦੀ ਸਿੱਖਿਆ ਹੈ ਸੱਚੇ ਨੂੰ ਸੰਭਾਲਣਾ ਸਿਖਾਉਂਦੀ ਹੈ ਸੱਚੇ ਨਾਲ ਜੁੜਨਾ ਸਿਖਾਉਂਦੀ ਹੈ ਸੋ ਆਓ ਸੱਚ ਨੂੰ ਅਕਾਲ ਪੁਰਖ ਨੂੰ ਸੰਭਾਲੀਏ ਯਾਦ ਕਰੀਏ ਮਾਨਜਬ ਸਾਈਗੇ ਧੰਨਵਾਦ ਤਾਂ ਇਸੀ ਸੰਕੇ ਵਿਚਾਰ ਇਸ ਵਿਚਾਰ ਦੌਰਾਨ ਹੋਈਆਂ ਸਭ ਗਲਤੀਆਂ ਦੀ ਮੈਂ ਮਾਫੀ ਚਾਹੁੰਦਾ ਤੇ ਅੱਗੇ ਤੋਂ ਹੋਰ ਚੰਗਿਤਨ ਗੁਰਬਾਣੀ ਦੇ ਵਿਚਾਰ ਹੋ ਸਕੇ ਉਹ ਜੀ ਅਸੀਸ ਗੁਰੂ ਪਾਸ਼ਾ ਪਾਸੋਂ ਮੰਗਦਾ ਅੰਤ ਵਿੱਚ ਇਸ ਵਿਚਾਰ ਲਈ ਬਾਣੀ ਲਈ ਸਿੱਖਿਆਵਾਂ ਲਈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਅਤੇ ਇਸ ਵਿਚਾਰ ਨੂੰ ਸੁਣਨ ਲਈ ਆਪ ਸਭ ਗੁਰੂ ਪਿਆਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ